देख रहे हो सांझ टीवी न्यूज पोर्टल। लुधियाना पुलिस ने बाड़ेवाल रोड ते 8 दिन पहला मोबाइल शॉप ते हुई चोरी दी वारदात नु हल कर लिया है। पुलिस ने इस चोरी नु अंजाम देन वाले 4 चोरां नु गिरफ्तार कीता है, जिन्हां तो पुलिस ने 7 मोबाइल बरामद कीते हन। फड़े गए चोरां दी पहचान पवन कुमार, तमिंदर चौहान, विजय कुमार ते सुनील कुमार वजो हुई है। पुलिस ने आरोपियों खिलाफ बनदा मामला दर्ज करके अगली कार्रवाई शुरू कर दिती है। ਇਨਫੋਰਮੇਸ਼ਨ ਮਿਲੀ ਸੀ ਅਸੀਂ ਤੁਸਰਾਬਾ ਨਗਰ ਇਹਨਾਂ ਦੀ ਟੀਮ ਨੇ ਚੌਂਕੀ ਰਘੁਨਾਥ ਰਾਣੇ ਸਾਰ ਨੂੰ ਮਿਲ ਕੇ ਇੱਕ ਥ੍ਰੀਵਲਰ 'ਚੋਂ 4 ਬੰਦੇ ਫੜੇ ਸੀਗੇ। ਜਦ ਪੁੱਛਗਿੱਛ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਮੋਬਾਈਲ ਚੋਰੀ ਕਰਦੇ ਆਦੀ ਹੈ। ਇਹ ਆਲਰੇਡੀ ਇਹਨਾਂ ਦੇ ਗੈਂਗ ਦੇ ਪਿੱਛੇ ਲੱਗੇ ਹੋਏ ਸੀਗੇ। ਸਾਡੇ ਏਰੀਏ 'ਚ ਵੀ ਇਹਨਾਂ ਨੇ 2 ਵਾਰਦਾਤਾਂ ਕੀਤੀਆਂ ਸੀ, ਹੋਰ ਵੀ ਸ਼ਹਿਰ 'ਚ ਇਹਨਾਂ ਨੇ ਕੀਤੀਆਂ। ਇਹਨਾਂ 'ਚ ਸਾਰੇ ਧੂਰੀ ਲੈਣ ਕੋਲ ਰਹਿੰਦੇ। ਇਹਨਾਂ ਜਿਹੜਾ ਮੇਨ ਬੰਦਾ ਪਵਨ, ਉਹਨੂੰ ਮਾਸਟਰ ਮਾਈਂਡ ਹੈ, ਉਹ ਸਾਰਾ ਪਹਿਲੇ ਦੇਖ ਲੈਂਦਾ ਹੈ ਰੇੜੀ ਰੇੜੀ 'ਤੇ ਜਾ ਕੇ ਵੀ ਕਿਹੜੀ ਕਿਹੜੀ ਦੁਕਾਨ 'ਤੇ ਰੱਖੀ ਕਰਕੇ ਤੋੜੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।